ਅੱਜ ਪ੍ਰਭ ਗਿੱਲ MLA ਕੈਲਗਰੀ ਗ੍ਰੀਨਵੇ ਅੱਜ ਜੀ ਜਿੱਦਾਂ ਇੱਥੇ ਗੁਰੂ ਆਪਣਾ ਹਰਿਮੰਦਰ ਸਾਹਿਬ ਆਣ ਕੇ ਦਰਸ਼ਨ ਕੀਤੇ ਆ, ਨਤਮਸਤਕ ਹੋਏ ਹਾਂ, ਬਹੁਤ 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 ਵਧੀਆ ਲੱਗਾ ਕਿਉਂਕਿ ਇੱਥੋਂ ਹੀ ਨਿੱਕੇ ਹੁੰਦਿਆਂ ਹੀ ਖੇਡਦੇ ਗਏ ਹਾਂ, ਇੱਥੇ ਮੱਥੇ ਟੇਕ ਕੇ ਜਦੋਂ ਖਾਲਸਾ ਸਕੂਲ ਮੈਂ ਪੜ੍ਹਦਾ ਹੁੰਦਾ ਸੀ ਹਰ ਸਾਲ ਨਗਰ ਕੀਰਤਨ 'ਤੇ ਆਉਂਦੇ ਹੁੰਦੇ ਸੀਗੇ, ਉਹ ਫਿਰ ਉਹ ਯਾਦਾਂ ਅੱਜ ਆਈਆਂ ਵਾਂ ਕਿ ਜਿੱਥੇ ਬਾਹਰ ਜਾ ਕੇ ਜੋ ਵੀ ਸਫਲਤਾ ਮਿਲੀ ਆ ਇਹ ਸਾਡੇ ਮੇਰੀ ਸਮਝ ਦੇ ਨਾਲ ਇਹ ਗੁਰੂ ਹਰਗੋਬਿੰਦ ਸਾਹਿਬ ਦੀ ਮੇਰਾ ਹੀ ਸਾਡਾ ਪਿੰਡ ਗੁਰੂ ਕੀ ਵਡਾਲੀ ਆ, ਹੈ ਨਾ, ਉਹਨਾਂ ਦੀ ਉਹਨਾਂ ਦੀਆਂ ਅਸੀਸਾਂ ਵਾਂ, ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ ਆ, ਸੋ ਬਹੁਤ ਵਧੀਆ ਲੱਗਿਆ ਉਹਨਾਂ ਦੇ ਆਣ ਇੱਥੇ ਆਣ ਕੇ ਉਹਨਾਂ ਦਾ ਸ਼ੁਕਰਾਨਾ ਕਰਨ 'ਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹੜੀ ਪਾਰਟੀ ਵੱਲੋਂ ਚੋਣ ਲੜੀ? ਪ੍ਰੋਗਰੈਸਿਵ ਕੰਜ਼ਰਵੇਟਿਵ। ਹਾਂਜੀ, ਫਸਟ ਟਾਈਮ ਚੋਣ ਲੜੀ ਜਾਂ ਪਹਿਲਾਂ ਵੀ ਤੁਸੀਂ? ਫਸਟ ਟਾਈਮ। ਹਾਂਜੀ, ਕਿਵੇਂ ਦਾ ਮਹਿਸੂਸ ਕਰਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲੇ ਮਾਨ ਸਨਮਾਨ? ਨਹੀਂ, ਬਹੁਤ ਵੱਡੀ ਗੱਲ ਹੈ ਜੀ, ਅਸੀਂ SGPC ਵੱਲੋਂ ਜਿੰਨਾ ਵੀ ਮਾਨ ਸਤਿਕਾਰ ਮਿਲਿਆ ਵਾ ਮੇਰੇ ਵਾਸਤੇ ਬੜੀ ਵੱਡੀ ਗੱਲ ਹੈ, ਕਿਉਂਕਿ ਮੈਂ ਕੱਲ੍ਹ ਵੀ ਕਿਸੇ ਨਾਲ ਗੱਲ ਕਰਨ ਦੇ ਸੀਗੇ ਕਿ ਮੈਂ ਇੱਕ ਸਧਾਰਨ ਜੱਟ ਦਾ ਲੜਕਾ ਵਾਂ, ਬਾਹਰ ਜਾ ਕੇ ਇੱਦਾਂ ਦੀ ਜਦੋਂ ਗੁਰੂ ਮਹਾਰਾਜ ਤੁਹਾਡੇ 'ਤੇ ਬਖਸ਼ਿਸ਼ ਕਰਦਾ ਵਾ, ਮੇਰੀ ਕਾਤ ਤੋਂ ਬਾਹਰ ਆ, ਹਾਂ, ਮੈਂ ਸੋਚਦਾ ਕਿ ਜਿਹੜੀ ਮੇਰੀ ਕਾਤ ਹੈ ਮੈਨੂੰ ਉਹ ਤੋਂ ਜ਼ਿਆਦਾ ਮੇਰੇ ਮਾਲਕ ਨੇ ਮੈਨੂੰ ਦਿੱਤਾ ਵਾ, ਸੋ ਜਿਹੜਾ ਇਹ ਮਾਣ ਅੱਜ SGPC ਨੇ ਦਿੱਤਾ ਵਾ ਮੇਰੇ ਵਾਸਤੇ ਬਹੁਤ ਵੱਡੀ ਅਹਿਮੀਅਤ ਰੱਖਦਾ।